ਰਾਮੂ ਉਹ ਗੁੱਡੀ ਦਿਖਾਣਾ ਰਾਮੂ ਰਾਮੂ ਭਈਆ ਉਹ ਮਛਲਾ ਦਿਖਾਣਾ ਬਹੁਤ ਵਾਲਾ ਹੁਣ ਵਾਰੀ ਹੈ ਸਾਡੇ ਆਪਣੇ ਲਈ ਗੁੱਡੀਆਂ ਚੂਜ਼ ਕਰਨ ਦੀ। ਵੈਲਕਮ ਬੈਕ ਟੂ ਦ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਕੈਂਟ ਹੋ ਤੇ ਅਸੀਂ ਵੀ ਕੈਂਟ ਆ। ਵਾਹ ਕਿਧਰੋਂ ਆਏ ਗਏ ਭਰਾ, ਕਿਧਰੋਂ ਆਏ ਪਿਛਲੀ ਲੋਹੜੀ ਤੇ ਵੀ ਆਇਆ ਐਰ ਕੀ ਸਾਡੇ ਨਾਲ ਰਹੂਗਾ, ਐਰ ਕੀ ਗੁੱਡੀਆਂ ਇਕੱਠੀਆਂ ਡਾਵਾਂਗੇ, ਰਹਿਣਾ ਪੈਣਾ ਹੋਊਗਾ। ਜਸ ਕਹਿੰਦਾ ਹੁਣ ਪਿਛਲੀ ਵਾਰ ਦੇ ਪੈਸੇ ਪਾਇਆ ਕੀ ਮਾੜੀ ਹੈ ਨਾ, ਉਹ ਬਾਹਰ ਚਲ ਗਿਆ ਰੋਂਦਾ ਬੜਾ ਹੀ। ਤੇ ਹੁਣ ਛੇਤੀ ਆਪਾਂ ਚੂਜ਼ ਕਰੀਏ, ਸਟਾਰਟਿੰਗ ਕਰੀਏ ਆਪਾਂ ਕਿਹੜੇ ਤੋਂ ਕਿਹੜੇ ਗੁੱਡੇ ਪਾਰਸ ਗੁੱਡੇ ਪਾਰਸ ਗੁੱਡੇ ਤੋਂ ਆ ਲਈਏ ਯਾਰ, ਕਲਰ ਕਿੰਨਾ ਸੋਹਣਾ ਯਾਰ, ਛੋਟੀ ਨੀ ਹੈਗੀ। ਹਾਂ ਠੀਕ ਆ, ਇਹ ਵੀ ਚਾਹੀਦੀ ਬਲੈਕ ਵੀ ਕੱਢ ਲਾ, ਆ ਲਾਲ ਜਿਹਾ ਕਰਨੀ ਕਿੰਨਾ ਸੀ ਵਾਈਟ। ਹਾਂ ਠੀਕ ਆ ਠੀਕ ਆ, ਆਹ ਕੱਢ ਆ ਸਹੀ ਨਾ ਗੁੱਡਾ ਹਰਸ਼ ਹੋਵੇ। ਉਹ ਕਿਹੜਾ ਸੰਤਰੀ ਆ ਸਾਹਮਣੇ, ਉਹ ਸੰਤਰੀ ਇੱਧਰ ਕੱਢਿਆ ਪੈਸੇ ਦੇਣੇ ਪੈਸੇ ਦੇਣੇ ਹੋਣੇ, ਸਹੀ ਗੱਲ ਬਸ ਕਰਨ ਨੂੰ ਇਹ ਗੱਲਾਂ ਨੀ ਮਿਸ ਕਰਨ ਦੀ, ਕੋਈ ਨੀ ਬੜੀਆਂ ਪਈਆਂ ਗੱਲਾਂ। ਗੁੱਡ ਵਨ ਗੁੱਡ ਵਨ ਹੁਣ ਚਲੋ ਬਾਹਰ ਚੱਲੀਏ ਪਾਰਸ ਦੀ ਗੁੱਡੀ ਕਢਾਉਣ। ਹੈਲਪ ਹੀ ਕਰ ਦੋ, ਛੱਡ ਦੋ ਡਿੱਗੀਆਂ।
ਯਾਰ ਆ ਵੇ ਗੁੱਡੇ ਤੇ ਇਹਨਾਂ ਨੇ ਇੱਥੇ ਦੱਬੇ ਆ ਬਾਕੀ ਸਾਰਿਆਂ ਨੂੰ ਉਹਨਾਂ ਨੇ ਵਰਕਰ ਕੱਢ ਕੇ ਦੇਣ ਗੁੱਡੀ ਅਸੀਂ ਜਿਹੜੇ ਦੁਕਾਨ ਦੇ ਵਿੱਚ ਕੱਢਣ ਦੇ ਜਿਆਦਾ ਖਤਰਨਾਕ ਉਧਰ ਵਾਲਾ ਡਰ ਨੀ ਸਭ ਸਭ ਪਾੜ ਦੇ ਨੀ ਰਾਜੀ ਭੁੱਗੇ ਚ ਪਾ ਦੇਣੀ ਸਾਰੀ ਜਿਹੜੀ ਤੂੰ ਗੱਲ ਕੀਤੀ ਨਾ ਤੈਨੂੰ ਪਾ ਦੇਣਾ ਭੁੱਗੇ ਚ ਨੀ ਸੋ ਹੁਣ ਜਿਹੜੀ ਜਿਹੜੀ ਗੁੱਡੀਆਂ ਚੂਜ਼ ਕੀਤੀਆਂ ਨੇ ਉਹ ਰੱਖਾਂਗੇ ਜੀ ਇੱਥੇ ਚਲੋ ਰੱਖੋ ਯਾਰ ਚਲੋ ਕੀ ਕਰਨ ਕੀ ਨਹੀਂ ਕੀ ਹਾਸਾ ਨੀ ਹੋਵੇ ਵੈਸੇ ਕਹਿੰਦਾ ਜਾਂ ਇੰਚੀ ਟੇਬ ਲੈ ਕੇ ਨਾਪ ਲਈ ਕਿਹੜਾ ਵੱਡਾ ਕਿਹੜਾ ਛੋਟਾ ਇੰਨੀ ਕੁ ਗੁੱਡੀ ਚੂਜ਼ ਕਰ ਲਈ ਨਾ ਆ ਵੇਖੋ ਇੱਥੇ ਘੇਰ ਲੱਗਾ ਨਹੀਂ ਬਚਾ ਨਿਓਨ ਕਲਰ ਠੀਕ ਹੈ ਬਣਾ ਲੈ ਲਾਂਗੇ ਇੱਧਰ ਸਾਰੀ ਗੁੱਡੀ ਉਹ ਦੇਖੋ ਪੂਰਾ ਮੇਜ਼ ਭਰਿਆ ਹੋਇਆ ਹੁਣ ਸਭ ਤੋਂ ਪਹਿਲਾਂ ਆਪਾਂ ਬਿਲਿੰਗ ਕਰਾ ਲਈ ਹਨਾ ਬਿਲਿੰਗ ਕਰਾਈਏ ਤੇ ਵੇਖਦੇ ਕਿੰਨੇ ਕੁ ਪੈਸੇ ਦੇ ਬਣਦੇ ਗੁੱਡੀ ਜੇਬ ਹਲਕੀ ਕਰੇ ਥੋੜੀ ਸੀ ਤੇ ਹੁਣ ਇਹਨਾਂ ਦੀ ਬਿਲਿੰਗ ਕਰਾਈਏ ਢੇਰ ਬਹੁਤ ਲੱਗ ਗਿਆ ਆਓ ਬਿਲਿੰਗ ਕਰੋ ਲੋਹੜੀ ਤੇ ਮਾਘੀ ਦੀਆਂ ਜਦੋਂ ਤੱਕ ਸਾਡਾ ਨਾ ਬੰਦਾ ਹੈਗਾ ਨਾ ਆ ਲੱਭਣੀਆਂ ਨੀ ਜੇ ਮੈਂ ਵਢਾਉਣ ਵਾਲਾ ਹੀ ਹੁਣ ਪਾਵਾਂਗੇ ਥੋੜੀ ਛੋਟੀ ਗੁੱਡੀ ਕਿਉਂਕਿ ਵੱਡੀਆਂ ਗੁੱਡੀਆਂ ਬਹੁਤ ਹੋ ਗਈਆਂ ਆਹ ਦੇਖੋ ਆ ਸਾਰੀਆਂ ਵੱਡੀਆਂ ਆ ਵੀ ਸਾਡੀਆਂ ਨੇ ਆ ਵੀ ਸਾਡੀ ਵੱਡੀਆਂ ਗੁੱਡੀਆਂ ਕਾਫੀ ਹੋ ਗਈਆਂ ਹੁਣ ਪਾਵਾਂਗੇ ਛੋਟੀਆਂ ਗੁੱਡੀਆਂ ਘੈਂਟ ਘੈਂਟ ਚੂਜ਼ ਕਰੀ ਸਾਨੂੰ ਤੇਰੇ ਤੇ ਪੂਰਾ ਯਕੀਨ ਆ ਬੜੀ ਆਕੜ ਜੀ ਬੜੀ ਆਕੜ ਜੀ ਓਏ ਓਏ ਓ ਮਾਈ ਗੋਡ ਚਲ ਗੁੱਡੀਆਂ ਕਢਾ ਓਏ ਪੀ ਵੀ ਲਈਓ ਰਿਸਪੈਕਟ ਕਰਿਆ ਕਰ ਰਾਮੂ ਉਹ ਗੁੱਡੀ ਦਿਖਾਣਾ ਰਾਮੂ ਭਈਆ ਉਹ ਗੁੱਡੀ ਰਾਮੂ ਭਈਆ ਉਹ ਮਛਲਾ ਦਿਖਾਣਾ ਉਹ ਵਾਲਾ ਬੜਾ ਏ ਚੱਲ ਆ ਹਰਸ਼ ਹਰਸ਼ ਤੈਨੂੰ ਖੁੱਲ ਕੇ ਦੇ ਦੇ ਤੂੰ ਤੇ ਸਾਰੀਆਂ ਲੈ ਆਣੀਆਂ ਚੱਲ ਨਹੀਂ ਭਰਾ ਬਸ ਯਾਰ ਹਰਸ਼ ਇੱਕ ਮਿੰਟ ਚੱਲ ਕੇ ਆ ਜੀ ਆਪਾਂ ਚੱਲੇ ਉਹ ਭਰਾਵਾ ਇਹਨੂੰ ਬੰਨ ਲਓ ਉਹ ਕਰਨ ਹਰਤਰੀ ਰੱਸੀ ਬੰਨ ਛੱਡਦੇ ਇਹਨੂੰ ਹੁਣ ਛੱਡਦੇ ਯਾਰ ਬਹੁਤ ਹੋ ਗਈ ਛੱਡਦਾ ਬੰਦੇ ਲੋੜੀ ਲੰਘ ਜਾਣੀ ਅੱਡੀ A few moments later ਇੱਕੋ ਪੈਕਟ ਆਟਾ ਕਿਉਂ ਵੀ ਆ ਉਹ ਆਪਣਾ ਭਾਜੀ ਉਹ ਸਮਾਨ ਉਹ ਵੀ ਲਿਆ ਭਾਜੀ ਹਾਂਜੀ ਨਹੀਂ ਭਾਈ ਆਹੀ ਬਸ ਚਲੋ ਇਹ ਐਤਵਾਰ ਦੀ ਆ ਧਿਆਨ ਨਾਲ ਜਾਇਓ ਠੀਕ ਆ ਇਹ ਐਤਵਾਰ ਦੀ ਗੱਡੀ ਓਏ ਦਵਿੰਦਰ ਧਿਆਨ ਨਾਲ ਓਏ ਆਰਡਰ ਪਿੱਛੋਂ
ਆਪਾਂ ਜੀ ਆਪਣੇ ਹਿਸਾਬ ਓਏ ਹਰਸ਼ੇ ਰਹਿੰਦੇ ਆਪਣੇ ਹਿਸਾਬ ਨਾਲ ਸਹੀ ਕਰਾਓ ਯਾਰ ਚੇਂਜ ਕਰਾਓ ਇੱਕ ਬਦਲਾ ਲਓ ਫਿਰ ਚੇਂਜ ਕਰਾਓ ਜੀ ਵੱਡੇ ਗੁੱਡੇ ਲੈ ਕੇ ਜਾਣਗੇ ਹਰਸ਼ ਤੇ ਕਰਨ ਕਈ ਕਰਨ ਦੀਆਂ ਬਾਹਾਂ ਲੰਬੀਆਂ ਨਾ ਸਾਨੂੰ ਫਾਇਦਾ ਫਾਇਦਾ ਦੇ ਰਹੀਆਂ ਨੇ ਚਲੋ ਧਿਆਨ ਨਾਲ ਅਸੀਂ ਵੀ ਆ ਗਏ ਪਿੱਛੇ ਚਲੋ ਚਲੋ ਜਾਓ ਤੂੰ ਵੇਖਣਾ ਵੀ ਨਹੀਂ ਆ ਚੱਲ ਬਰੋ ਵੈਲ ਡਨ ਹਰਸ਼ ਆ ਆਈਡੀਆ ਵਧੀਆ ਦਾ ਤੇਰਾ ਤੇ ਹਰਸ਼ ਇਹਨਾਂ ਨੂੰ ਕਿੱਥੇ ਸਾਂਭੇਗਾ ਮੈਨੇਜ ਮੈਨੇਜ ਸਾਂਭਦੇ ਇਹਨਾਂ ਨੂੰ ਕੀ ਕਰੋ ਉਹਨੂੰ ਬਦਤਮੀਜ਼ ਤੇ ਚੂਹਾ ਮੂੰਹ ਕੱਢਣ ਦੇ ਬਾਰੇ ਕੋਡੇ ਚ ਚੂਹਾ ਮੂੰਹ ਕੱਢਣ ਦੇ ਸੋ ਲੋਹੜੀ ਦੀ ਸ਼ੋਪਿੰਗ ਹੋ ਗਈ ਆ ਬਹੁਤ ਹੀ ਵੇਟ ਸਾਨੂੰ ਲੋਹੜੀ ਦੀ ਐਂ ਲੱਗ ਰਿਹਾ ਹਨਾ ਜਿਵੇਂ ਇਮੇਜਿਨ ਕਰ ਰਹੇ ਕੱਲ ਹੀ ਲੋਹੜੀ ਹੁੰਦੀ ਹਨਾ ਪਰ ਹਾਲੇ ਲੋਹੜੀ ਨੂੰ 6 ਦਿਨ ਪਏ ਨੇ ਵੇਟ ਹੋ ਜੂ ਬਿਲਕੁਲ ਭਰੋਸਾ ਨੀ ਆ ਤੇ ਹੁਣ ਅਸੀਂ ਜਾ ਰਹੇ ਹਾਂ ਪਤੰਗਾ ਲੈਣ ਵਾਸਤੇ ਉਹਦਾ ਵਲੋਗ ਅਸੀਂ ਅਲੱਗ ਕਰਾਂਗੇ ਸੋ ਮਿਲਦੇ ਆ ਅਗਲੇ ਵਲੋਗ ਚ ਬਾਏ ਬਾਏ ਟੇਕ ਕੇਅਰ ਤੇ ਚੈਨਲ ਨੂੰ ਕੀ ਕਰ ਲਿਓ ਅਨਸਬਸਕ੍ਰਾਈਬ ਰਿਪੋਰਟ ਉਹ ਵੀ ਹੈ ਚੈਨਲ ਨੂੰ ਕਰਨਾ ਤੁਸੀਂ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਰੋਜ਼ ਬਾਏ ਬਾਏ